ਅਸ਼ੀਕਾਲ ਜੀ ਅੱਜ ਅਸੀਂ ਕੋਡ ਦਾਲਾ ਰੂਤ ਬਾਰੇ ਗੱਲ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਨੀ ਉਹ ਦੇ ਡੇਂਜਰ ਸਾਈਨਸ ਸੋ ਸਾਡਾ ਪਹਿਲਾ ਡੇਂਜਰ ਸਾਈਨ ਹੈਗਾ ਆ ਦਿਬੂਸ਼ੇ ਦੇ ਸੀਕਲਿਸਟ ਵਾਂਥ ਦ ਦਵਾਤ ਉਹ ਦੇ ਗੋਸ਼ ਸੋ ਇਹ ਸਾਡਾ ਸਾਈਨ ਸਾਨੂੰ ਦੱਸਦਾ ਆ ਕਿ ਇਹ ਜਿਹੜਾ ਰਸਤਾ ਹੈਗਾ ਆ ਇੱਥੋਂ ਜਿਹੜੇ ਸਾਈਕਲ ਚਲਾਉਣ ਵਾਲੇ ਨੇ ਉਹ ਲੈਫਟ ਤੋਂ ਵੀ ਆ ਸਕਦੇ ਆ ਜਾਂ ਫਿਰ ਰਾਈਟ ਤੋਂ ਵੀ ਆ ਸਕਦੇ ਨੇ ਸੋ ਇਸ ਕਰਕੇ ਧਿਆਨ ਰੱਖਿਓ ਸਾਡਾ ਦੂਸਰਾ ਸਾਈਨ ਹੈਗਾ ਆ تھਰਾਵਰਸੇ ਦੇ ਉਨ 에ਅਰ ਦੇ ਦੋਂਜੇ ਏਰੀਆ ਇਹ ਰੇਂਜ ਸਾਈਨ ਸਾਨੂੰ ਦੱਸਦਾ ਆ ਕਿ ਇੱਥੇ 에ਅਰਪੋਰਟ ਏਰੀਆ ਹੈਗਾ ਆ ਸੋ ਜਿਹੜਾ ਕਿ ਡੇਂਜਰ ਹੋ ਸਕਦਾ ਆ ਠੀਕ ਹੈ ਤੇ 에ਅਰਪੋਰਟ ਦੀ ਕ੍ਰੋਸਿੰਗ ਹੈ ਸੋ ਇਸ ਕਰਕੇ ਆਪਣਾ ਧਿਆਨ ਨਾ ਜਾਓ ਸਾਡਾ ਸਿਕਸ ਥਰਡ ਸਾਈਨਸ ਅੰਨ ਦੱਸਦਾ ਹੈ ਯਾ ਰਿਸਕ ਦੇ ਫੋਰ ਵੋ ਲੈਟਰੀਅਲ ਸੋ ਇਹ ਸਾਨੂੰ ਸਾਨੂੰ ਦੱਸਦਾ ਹੈ ਕਿ ਇਸ ਏਰੀਆ ਦੇ ਵਿੱਚ ਜਿਹੜੀਆਂ ਸਟਰੋਂਗ ਵਿੰਡਸ ਨੇ ਠੀਕ ਹੈ ਜਿਹੜੀਆਂ ਹਵਾਵਾਂ ਨੇ ਬਹੁਤ ਤੇ ਚਲਦੀਆਂ ਨੇ ਸੋ ਆਪਣਾ ਆਪਣੇ ਡਰਾਈਵਿੰਗ ਦਾ ਧਿਆਨ ਰੱਖੋ ਸਾਡਾ ਚੌਥਾ ਸਾਈਨਸ ਅੰਨ ਦੱਸਦਾ ਹੈ ਅੰਟਰਸੈਕਸ਼ਨ ਅਵੈਕ ਓਨ ਰੂਟ ਦੋਂ ਲਯੂਸਾਜ ਦ ਵੋ ਸਿੱਦੇ ਲਾਪਾਸਾਜ ਪ੍ਰੀਓਰਟੀ ਟੈਂਪੋਰੇਰ ਪੁਰ ਸਿੱਕੇ ਸਰਕੂਲੋ ਤੂਲੇ ਦਵਾ ਇਹ ਸਾਨੂੰ ਇਹ ਸਾਈਨ ਸਾਨੂੰ ਇਹ ਦੱਸਦਾ ਹੈ ਕਿ ਅੱਗੇ ਜਿਹੜੀ ਰੋਡ ਹੈ ਹਨਾ ਉੱਥੇ ਇੰਟਰਸੈਕਸ਼ਨ ਹੈਗਾ ਆ ਜਿੱਥੇ ਕਿ ਜਿਹੜੇ ਯੂਜ਼ਰ ਨੇ ਜਿਹੜੇ ਕਿ ਰਾਈਟ ਹੈਂਡ ਸਾਈਡ ਤੇ ਤਿਆਰੇ ਨੇ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਗਈ ਹੈ ਟੈਂਪਰਰੀ ਸਾਡਾ ਪੰਜਵਾਂ ਸਾਈਨ ਹੈਗਾ ਆ ਕਰਫੂਰ ਅਲ ਸੌਂ ਜਿਰਿਤਵਾਰ ਅਵੇਕ ਪ੍ਰਾਇੋਰਟੀ ਯੂਸੇਜ ਸਰਕੂਲੋ ਸੁਰਾ ਐਨ ਸੋ ਸਾਡਾ ਇਹ ਸਾਈਨ ਜਿਹੜਾ ਦੱਸਦਾ ਹੈ ਕਿ ਜਿਹੜਾ ਅਗੇ ਕਰਾਉਂਡਬਾਊਟ ਹੈ ਤੇ ਜਿਹੜੇ ਆਲਰੇਡੀ ਉਸ ਰਾਉਂਡਬਾਊਟ ਦੇ ਆਲੇ-ਦਾਲੇ ਆਲੇ-ਦਾਲੇ ਡਰਾਈਵਿੰਗ ਕਰ ਰਹੇ ਨੇ ਉਹਨਾਂ ਦੀ ਪ੍ਰਾਇੋਰਟੀ ਹੈ ਐਸ ਕੰਪੇਅਰ ਟੂ ਉਹ ਪਰਸਨ ਜਿਹੜੇ ਕਿ ਉਸ ਰਾਉਂਡਬਾਊਟ ਦੇ ਵਿੱਚ ਐਂਟਰ ਹੋਣ ਲੱਗੇ ਨੇ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ